ਬਹਾਦਰਗੜ੍ਹ ਨੂੰ ਰਸਤਾ ਛੁਡਾਇਆ क्योंकि इत्थे बहादुरगढ़ इंडस्ट्रियल एरिया है गया, लेबर नू बहुत ज्यादा दिक्कत आ रही थी ते सरकार दी कोशिश सी भी किसी तरह लेबर किसानां दे अगेंस्ट खड़ी करके आपस च लड़ाई कराई जावे। इस करके मैं फिर कहूंगा भी कोई गलत फैसला नहीं है भी जिहड़ा खुल है, क्योंकि 26 तो पहला भी इत्थे पैदल यात्रियों वास्ते रस्ता खुल रहा सीगा। हुणे देखिए एक एम्बूलेंस नंगी हैगी, आपां एक इंसान होण दे नाते एम्बूलेंस नूं रस्ता दे रहे हां, ते जे कोई पैदल रस्ता लंघ रहा हैगा सवेरे 7 तो लैके शाम 8 बजे तक खोलिया, कोई परमानेंट नहीं खोलिया, अपनी स्टेज उसे तरह खड़ी है। आ दिल्ली पुलिस दा जे आपां बहादुरगढ़ तो आईए पहला बैरीकेड आ ब्लॉक कंप्लीट करी होई है, अगे एक लोहे दे बैरीकेड, फिर बैरीकेड, फिर तीजे कंटेनर लगे हुए ने, ਉਹ ਉਸੇ ਤਰ੍ਹਾਂ ਹੈਗੇ ਨੇ ਤੇ ਉਸ ਦਿਨ ਧੁੰਦ ਸਾਹਿਬ ਵੀ ਇੱਥੇ ਹੀ ਸੀ, ਅਸੀਂ ਮੌਕੇ ਤੇ ਸੀਗੇ, ਕੋਈ ਤਲਖੀ ਨਹੀਂ ਹੋਈ, ਕੋਈ ਲੜਾਈ ਨਹੀਂ, ਕੋਈ ਪੁਲਿਸ ਨੇ ਨਹੀਂ ਧੱਕਾ ਕੀਤਾ। ਪਰ ਉੱਥੇ ਵੀ ਸਰਕਾਰ ਇੰਨੀ ਢੀਠ ਬਣੀ ਹੋਈ ਹੈ, ਉਹਦੇ ਕੋਰਟ 'ਚ ਬਹਿਸ ਹੋ ਰਹੀ ਸੀ, ਇੰਸਪੈਕਟਰ ਕਹਿੰਦਾ ਜੀ ਹਮਕੋ ਟਰੈਕਟਰੋਂ ਕੇ ਨੰਬਰ ਨਹੀਂ ਮਿਲੇ। ਮੈਂ ਕਿਹਾ ਯਾਰ ਟਰੈਕਟਰਾਂ ਦੇ ਨਾ 3 ਥਾਂ ਤੇ ਚੈਸੀ ਨੰਬਰ, ਇੰਜਣ ਨੰਬਰ ਹੁੰਦੇ ਆ, ਜੇ ਤੁਹਾਡੀ ਨੀਂਦ ਸਾਫ਼ ਹੋਣੀ ਸੀਗੀ ਇੱਕ ਦਿਨ 'ਚ ਤੁਸੀਂ ਬੰਦੇ ਦਾ ਪਤਾ ਕਰ ਸਕਦੇ ਹੋ ਵੀ ਮਾਲਕ ਕੌਣ ਹੈ ਟਰੈਕਟਰ ਦਾ। ਪਰ ਜਾਣ ਕੇ 10 ਮਹੀਨੇ 11 ਮਹੀਨੇ ਹੋ ਗਏ ਹਲੇ ਤੱਕ ਉਹਨਾਂ ਨੇ ਮਾਲਕ ਨਹੀਂ ਲੱਭੇ ਟਰੈਕਟਰ ਦੇ, ਸਿਰਫ ਤੇ ਸਿਰਫ ਇਸ ਕਰਕੇ ਵੀ ਆਪਾਂ ਨੂੰ ਪਰੇਸ਼ਾਨ ਕਰੀਏ ਵੀ ਜਿਹਦਾ ਉੱਥੇ ਟਰੈਕਟਰ ਖੜਾ ਹੈਗਾ ਉਹ ਲੀਡਰਸ਼ਿਪ ਕੋਲੇ ਆਊਗਾ ਵੀ ਮੇਰਾ ਟਰੈਕਟਰ ਨਹੀਂ ਛਡਾਉਂਦੇ, ਤੇ ਲੋਕ ਲੀਡਰਸ਼ਿਪ ਦੇ ਖਿਲਾਫ ਹੋ ਜਾਣ। ਮੈਂ ਉਦੋਂ ਵੀ ਅਨਾਊਂਸ ਕੀਤਾ ਸੀ ਅੱਜ ਫੇਰ ਕਰਦਾ, ਧੁੰਦ ਸਾਹਿਬ ਖੜੇ ਨੇ, ਕੋਈ ਟਰੈਕਟਰ ਆਉਂਦਾ, ਕੁਲਦੀਪ ਢਾਂਡਾ ਸਾਹਿਬ ਖੜੇ ਨੇ, ਇਹਨਾਂ ਦੇ ਕੋਲੇ ਡਿਟੇਲਸ ਭੇਜੋ, ਐਪਲੀਕੇਸ਼ਨ ਲਾਉਣੀ ਮੇਰੀ ਜ਼ਿੰਮੇਵਾਰੀ ਆ, ਲਾ ਚੁੱਕਿਆ ਨੇ, 15 ਤਰੀਕ ਲੱਗੀ ਹੋਈ ਹੈ ਤੇ ਉਦੋਂ ਉਮੀਦ ਹੈ ਕਿ 4 ਦੇ 4 ਟਰੈਕਟਰ ਛੁੱਟ ਜਾਣਗੇ। ਜੇ ਕਿਸੇ ਹੋਰ ਭਾਈ ਦਾ ਵੀ 26 ਜਨਵਰੀ ਦੇ ਮਸਲੇ 'ਚ ਕਿਤੇ ਵੀ ਦਿੱਲੀ ਦੇ ਕਿਸੇ ਥਾਣੇ 'ਚ ਟਰੈਕਟਰ ਖੜਾ ਹੈ, ਆ ਸਟੇਜ ਤੇ ਜੋ ਸਟੇਜ ਕਮੇਟੀ ਨੂੰ ਜੋ ਮੇਰੇ ਕੋਲੇ ਖਬਰ ਪਹੁੰਚ ਜੂਗੀ, ਕੋਈ ਤੁਹਾਡੋ ਪੈਸਾ ਨਹੀਂ ਲੈਣਾ, ਸਿਰਫ ਇੱਕ ਤੁਹਾਡਾ ਆਧਾਰ ਤੇ ਟਰੈਕਟਰ ਦੀ ਆਰਸੀ ਦੀ ਕਾਪੀ ਚਾਹੀਦੀ ਹੈ, ਕਾਗਜ਼ਾਂ ਸਾਰਾ ਕੁਝ ਸਾਡੇ ਵਕੀਲਾਂ ਦੀ ਜ਼ਿੰਮੇਵਾਰੀ ਆ, ਅਸੀਂ ਕੋਰਟ 'ਚ ਲਾਵਾਂਗੇ। ਜਿਹੜੇ ਲੋਕ ਇੱਥੇ ਨਹੀਂ ਪਹੁੰਚ ਰਹੇ ਆ ਉਹਨਾਂ ਨੂੰ ਫੇਰ ਕਹਿੰਦੇ ਵੀ ਭਾਈ ਜੇ ਜ਼ਮੀਨ ਨਹੀਂ ਹੈਗੀ ਤੁਹਾਡੀ, ਜ਼ਮੀਨ ਤਾਂ ਹੈਗੀ ਹੈ। ਹੁਣ ਆ ਅੰਦੋਲਨ 3-4 ਦਿਨ ਹੋ ਗਿਆ, ਰਾਹ ਖੋਲਿਆ ਗਿਆ, ਜਿਹੜੇ ਸੋਸ਼ਲ ਮੀਡੀਆ ਦੇ ਜੁਝਾਰੂ ਨੇ ਜਿਹੜੇ ਕਦੇ ਧਰਨੇ 'ਚ ਨਹੀਂ ਆਏ ਕਹਿੰਦੇ ਜੀ ਵਿਕ ਗਏ, ਯੇ ਹੋ ਗਿਆ, ਵੋ ਹੋ ਗਿਆ, ਜਿੰਨੀ ਕੁ ਮੇਰੀ ਰਾਏ ਆ ਤੁਸੀਂ ਇੱਥੇ ਬੈਠੋ ਵੀ ਆਹ ਰਾਹ ਖੋਲਣ ਦਾ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ, ਸਮਾਂ ਦੀ ਫਾਇਦਾ ਹੀ ਹੋਊਗਾ, ਲੇਬਰ ਕਲਾਸ ਨਾਲ ਹੋਰ ਜੁੜੂਗੀ, ਤੇ ਜਿਹੜੇ ਦਿੱਲੀ ਵਾਲੇ ਬੈਠੇ ਆ ਹੁਣ ਬੰਦ ਹੋ ਗਏ ਸੀਗੇ ਉਹ ਵੀ ਇੱਥੇ ਆਇਆ ਕਰਨਗੇ, ਆ ਮੌਸਮ ਠੀਕ ਹੋ ਜਾਣ ਤੋਂ ਇੱਥੇ ਹੋਰ ਬਹੁਤ ਘੱਟ ਹੋਊਗਾ। ਆ ਇੱਕ ਪਵਿੱਤਰ ਥਾਂ ਹੋ ਗਈ ਹੈ ਆਪਣੇ ਵਾਸਤੇ, ਕੋਈ ਧਰਨਾ ਨਹੀਂ ਮੰਨਦਾ, ਮੈਂ ਤਾਂ ਹੁਣ ਕਹਿੰਦਾ ਵੀ ਇੱਕ ਪਵਿੱਤਰ ਕਿਸੇ ਗੁਰਦੁਆਰੇ ਮੰਦਿਰ ਮਸਜਿਦ ਤੋਂ ਵੱਧ ਪਵਿੱਤਰਤਾ ਹੈ, ਜਿੱਥੇ ਮੇਰੇ ਬਜ਼ੁਰਗ ਬੈਠੇ ਨੇ ਧਰਨਾ ਦੇ ਰਹੇ ਨੇ। ਸਰਕਾਰ ਦੀਆਂ ਜਿੰਨੀਆਂ ਸਾਜ਼ਿਸ਼ਾਂ ਸੀਗੀਆਂ, ਤੁਸੀਂ ਵਾਹਿਗੁਰੂ ਮੰਨਦੇ ਹੋ, ਰਾਮ ਨੂੰ ਮੰਨਦੇ ਹੋ, ਅੱਲਾ ਨੂੰ ਮੰਨਦੇ ਹੋ, ਰੱਬ ਕਰਕੇ ਸਾਰੀਆਂ ਫੇਲ ਹੋ ਗਈਆਂ, ਭਾਵੇਂ ਉਹ ਸਿੰਘੂ ਬਾਰਡਰ ਦਾ ਉਹ ਕਤਲ ਮਸਲਾ ਸੀ ਜਾਂ ਹੋਰ ਵੀ ਜਿਹੜੀਆਂ ਅੱਜ ਤੱਕ ਇਹਨਾਂ ਨੇ ਸ਼ਰਾਰਤਾਂ ਕੀਤੀਆਂ ਸਰਕਾਰ ਨੇ, ਇਹਨਾਂ ਦੀਆਂ ਸ਼ਰਾਰਤ ਦੀ ਰਿਜ਼ਲਟ ਮਗਰੋਂ ਦੇ ਇਹਨਾਂ ਦੇ ਆਪਦੇ ਬੰਦਿਆਂ ਦੀਆਂ ਫੋਟੋਆਂ ਪਹਿਲਾਂ ਬਾਹਰ ਆ ਜਾਂਦੀਆਂ ਵੀ ਫੇਰ ਪਤਾ ਲੱਗਦਾ ਵੀ ਆਹ ਤਾਂ ਇਹਨਾਂ ਦਾ ਹੀ ਕੀਤਾ ਕਰਾਇਆ ਸਾਰਾ ਕੰਮ ਹੈਗਾ। ਆ ਮੇਰੇ ਹੱਥ 'ਚ ਕਾਗਜ਼ ਨੇ, ਟਰੈਕਟਰਾਂ ਦੀਆਂ ਖਬਰਾਂ ਆ ਰਹੀਆਂ ਸੀਗੀਆਂ ਵੀ ਬੰਦ ਨੇ ਬੰਦ ਨੇ, ਅਗਸਤ 'ਚ ਮੈਂ ਅਨਾਊਂਸ ਕੀਤਾ ਸੀ ਹਲੇ ਤੱਕ ਸਿਰਫ 4 ਟਰੈਕਟਰ ਆਏ ਨੇ ਵੀ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਲੱਗੀਆਂ ਹੋਈਆਂ ਨੇ ਸੁਪਰਦਾਰੀ ਦੀਆਂ। ਜੋ 26 ਜਨਵਰੀ ਦੇ ਟਰੈਕਟਰ ਥਾਣੇ ਵਿੱਚ ਫੜ ਲਿਆ ਸੀਗੇ ਉਸ ਤੋਂ ਬਾਅਦ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਕਿ ਕੋਈ ਵੀ ਟਰੈਕਟਰ ਦੀ ਜਾਣਕਾਰੀ ਮੈਨੂੰ ਦਿੱਤੀ ਜਾਵੇ, ਸੋ ਉਸ ਤੋਂ ਬਾਅਦ ਕੋਈ ਤੁਹਾਨੂੰ ਜਾਣਕਾਰੀ ਮਿਲੀ ਹੈ ਜਾਂ ਕੁਝ? 26 ਜਨਵਰੀ ਤੋਂ ਬਾਅਦ ਫਰਵਰੀ ਮਾਰਚ 'ਚ ਪੰਜਾਬ ਦੇ ਕੁਛ ਵਹੀਕਲ ਅਸੀਂ ਛੁਡਾਏ, ਬੰਗੀ ਨਿਹਾਲ ਸਿੰਘ ਦਾ ਟਰੈਕਟਰ, ਚਟਾਣਾ ਕਲਾਂ ਦਾ ਮੋਟਰਸਾਈਕਲ ਤੇ ਹੋਰ ਟਰੈਕਟਰ ਵਗੈਰਾ ਸੀ, ਪਰ ਹਰਿਆਣੇ ਵਾਲੇ ਭਾਈਆਂ ਨੂੰ ਕਮਿਊਨੀਕੇਸ਼ਨ ਨਹੀਂ ਪਹੁੰਚਿਆ ਜਾਂ ਕੋਈ ਗੈਪ ਰਹਿ ਗਿਆ। ਤੇ 7 ਅਗਸਤ 'ਚ ਇੱਕ ਵੀਡੀਓ ਵਾਇਰਲ ਹੋਈ ਸੀ ਵੀ ਟਰੈਕਟਰ ਖੜੇ ਨੇ, ਤੇ ਮੈਂ ਪੁੱਛ ਪੜਤਾਲ ਕੀਤੀ, ਸਟੇਜ ਤੋਂ ਅਨਾਊਂਸ ਕੀਤਾ, ਤੇ ਉਸ ਤੋਂ ਬਾਅਦ ਮੇਰੇ ਕੋਲੇ 4 ਆਮ ਐਪਲੀਕੇਸ਼ਨਸ ਹੈਗੀਆਂ ਨੇ ਆਲਰੇਡੀ ਕੋਰਟ 'ਚ ਲੱਗੀਆਂ ਨੇ, CMM ਕੋਰਟ, 30,000 ਕੋਰਟ 'ਚ ਲੱਗੀਆਂ ਨੇ।
दो ट्रैक्टर उचाणा कलां दे एक मलकपुर का एक कैथल का ट्रैक्टर इस वेले इन्हां दी हुण 15-11 अगली तरीक है चार एप्लीकेशन लातियां मैं दोबारा फिर दोहरांदा जे किसी भाई का कोई होर ट्रैक्टर वहीकल सिर्फ 26 जनवरी के केस च फसिया ते ओह स्टेज ते आके टिकरी दी स्टेज ते आ जाण ढोल साहब नाल मिल लैण ते सानू दे दिओ सानू सिर्फ मालक दा आधार कार्ड ते गड्डी दी आरसी चाहीदी है बाकी कारवाई असीं इह वकील आप दे लैवल ते करांगे ਕੀ ਵਕੀਲ ਭਾਈਚਾਰਾ ਇਹ ਸਾਰਾ ਕੇਸ ਫ੍ਰੀ ਹੈਂਡਲ ਕਰਨਗੇ ਹਾਂਜੀ ਮੈਂ ਪਹਿਲਾਂ 171 ਦੇ ਨੇੜੇ 26 ਜਨਵਰੀ ਦੀਆਂ ਜ਼ਮਾਨਤਾਂ ਹੋਈਆਂ 307 ਵਰਗੇ ਮੁਕੱਦਮੇ ਸੀ ਉਦੋਂ ਦਿੱਲੀ ਦੇ ਸੀਨੀਅਰ ਤੋਂ ਸੀਨੀਅਰ ਵਕੀਲ ਸੀ ਜਾਂ ਕੋਈ ਨਵਾਂ ਸੀ ਕਿਸੇ ਨੇ ਇੱਕ ਪੈਸਾ ਨਹੀਂ ਲਿਆ